जी उस्मान एग्रीकल्चर में आप दोस्तों को खुश आमदीद कहते हैं। माशाल्लाह देख सकते हैं पंजाब गला मंडी के अंदर बड़ी ही रौनक लगी हुई है। मकई भी आ रही है, मकई के अंदर बड़ा इजाफा देखने को मिल रहा है। तेल तिली बड़ी मकदार के अंदर आ रहा है, इसके साथ साथ आज इजाफा देखने को मिल रहा है तेल तिली की बकाया। तमाम इजनास की क्या सूरत हाल है, हमारे साथ मार शोकस साहब मौजूद है, आइए हम इनसे बात करते हैं, ये क्या कहना चाहेंगे। ਮਾਰ ਸਾਹਿਬ ਕੀ ਹਾਲ ਚਾਲ ਆ? ਸ਼ੁਕਰ ਅਲਹਮਦੁਲਿਲਾਹ। ਮਾਰ ਸਾਹਿਬ ਸਭ ਤੋਂ ਪਹਿਲੇ ਤਾਂ ਆਪਣੀ ਮੰਡੀ ਦਾ ਤਾਰਫ ਕਰਾਓ ਜੀ ਕਿ ਕਿਹੜੀ ਮੰਡੀ ਹੈ? ਸਾਡੀ ਗੱਲਾ ਮੰਡੀ ਮੀਆਂ ਚੰਨੂ ਜੀ, ਸਹੀ ਸ਼ਾਪ ਸਾਡੀ ਮਾਂ ਨਫੀਰ ਅਹਿਮਦ ਬਾਟੀ ਦੇ ਨਾਂ ਦੀ ਹੈ ਜੀ। ਸਹੀ, ਤੇ ਅਜ਼ੀਮ ਸ਼ੌਕਤ ਕਮਿਸ਼ਨ ਸ਼ਾਪ। ਮਾਸ਼ਾਅੱਲਾ। ਅੱਛਾ ਮਾਰ ਸਾਹਿਬ, ਮਾਸ਼ਾਅੱਲਾ ਮੀਆਂ ਚੰਨੂ ਦੀ ਗੱਲਾ ਮੰਡੀ ਪਾਕਿਸਤਾਨ ਦੀ ਉਹਨਾਂ ਗੱਲਾ ਮੰਡੀਆਂ 'ਚ ਸ਼ੁਮਾਰ ਹੋ ਗਈ ਹੋਈ ਕਿ ਜਿਹੜੀ ਪੂਰਾ ਸਾਲ ਖੁਸ਼ਹਾਲ ਆ ਔਰ ਜਿਨਸ ਦੀ ਜਿਹੜੀ ਹੈ ਨਾ ਜੀ ਆਮਦੋ ਰਫਤ ਰਹਿੰਦੀ ਆ, ਤੇ ਇਸ ਟਾਈਮ ਦੱਸੋ ਕਿ ਅੱਜ ਦੀ ਜਿਹੜੀ ਡੇਟ ਆ ਇਹਦੇ 'ਚ ਕਿਹੜੀ ਕਿਹੜੀ ਜਿਨਸ ਮੰਡੀ 'ਚ ਆ ਰਹੀ ਹੈ? ਅੱਜ ਸਾਡੇ ਕੋਲ ਤਿੱਲੀ ਆਈ ਹੈ, ਮਾਸ਼ਾਅੱਲਾ ਬਹੁਤ ਜ਼ਿਆਦਾ ਐਵਰੇਜ ਤਿੱਲੀ ਦੀ ਆਮਦ ਹੈ। ਸਹੀ। ਗੰਦਮ ਆਈ ਹੈ ਕਾਫੀ, ਦਾਂਜ ਆਇਆ ਜੀ ਹਾਈਬ੍ਰਿਡ। ਸਹੀ। ਮੱਕੀ ਆਈ ਹੈ ਤੇ ਮੂੰਗੀ ਆ ਰਹੀ ਹੈ। ਠੀਕ ਹੋ ਗਿਆ। ਤੇਲ ਤਿੱਲੀ ਦੀ ਕੀ ਸੂਰਤ ਹਾਲ ਆ ਜੀ? ਤੇਲ ਤਿੱਲੀ ਦੀ 3-4 ਦਿਨ ਪਹਿਲੇ ਤੇ ਮੱਠਾ ਰਿਹਾ ਜੀ, ਤੇ ਕੱਲ ਧੁੱਪ ਨਿਕਲੀ ਮਾਸ਼ਾਅੱਲਾ, ਅੱਛਾ ਰੇਟ ਵੀ ਬਣਿਆ, ਖਰੀਦ ਵੀ ਹੋਈ ਹੈ। ਸਹੀ। ਸ਼ਾਮ ਨੂੰ ਕੱਲ ਬਿਲਕੁਲ 100% ਖਰੀਦ ਹੋ ਚੁੱਕੀ ਹੈ। ਰੇਟ ਚੱਲਦਾ ਪਿਆ 7,000 ਤੋਂ ਲਾ ਕੇ 13,000 ਤੱਕ। ਮਾਸ਼ਾਅੱਲਾ, ਯਾਨੀ ਕਿ ਰੇਟ ਬਿਹਤਰ ਹੋਇਆ। ਅੱਛਾ, ਮੌਸਮ ਦੀ ਵਜ੍ਹਾ ਤੋਂ ਹੋਇਆ ਸੀ? ਹਾਂਜੀ, ਮੌਸਮ ਦੀ ਵਜ੍ਹਾ ਨਹੀਂ, ਮੌਸਮ ਦੀ ਵਜ੍ਹਾ ਨਾਲ ਕੋਈ ਮਾਰਕੀਟ ਡਾਊਨ ਹੋਈ ਸੀ ਹਾਈ ਲੈਵਲ ਦੀ ਮਾਰਕੀਟ। ਠੀਕ ਹੈ। ਮਾਸ਼ਾਅੱਲਾ, ਅੱਛੀ ਕੁਆਲਿਟੀ ਜਿਹੜੀ VIP ਹੈ ਨਾ, ਵਾਈਟ ਕਲਰ, ਉਹ 13,000 ਤੱਕ ਸੇਲ ਹੋ। 13,000 ਪਰ ਰੇਟ। ਅੱਛਾ ਮਾਰ ਸਾਹਿਬ, ਮੈਨੂੰ ਦੱਸਿਓ ਕਿ ਇਹਦੇ ਐਕਸਪੋਰਟ ਦੇ ਹਵਾਲੇ ਦੇ ਨਾਲ ਕਿ ਐਕਸਪੋਰਟ ਦੀ ਹੋ ਰਹੀ ਹੈ ਕਿ ਨਹੀਂ? ਐਕਸਪੋਰਟ ਹੋ ਰਹੀ ਹੈ, ਲੇਕਿਨ ਐਸਤਾ ਹੋ ਰਹੀ, ਥੋੜੀ ਹੋ ਰਹੀ, ਥੋੜੀ ਹੋ ਰਹੀ, ਉਮੀਦ ਹੈ ਕਿ ਅੱਗੇ ਕੋਈ ਰੇਟ ਵਧੇਗਾ ਇਹਦਾ। ਚੀਨ ਨੇ ਸਾਡਾ ਤਿੰਨ ਦਾ ਕਲਰ ਨਹੀਂ ਬਣਿਆ ਇਸ ਤੋਂ ਬਾਅਦ, ਪਰ ਗਰਮੀ ਦੀ ਵਜ੍ਹਾ ਬੜੀ ਹੈ ਕਿ ਹੀਟ ਹੋਇਆ, ਤਿੰਨ ਚੱਲਿਆ ਬਰਾਊਨ, ਚੀਨ ਨੇ ਉਹਨੂੰ ਪਸੰਦ ਨਹੀਂ ਕੀਤਾ। ਸਹੀ ਹੋ ਗਿਆ। ਅੱਛਾ ਮਾਰ ਸਾਹਿਬ, ਗੰਦਮ ਦੀ ਕੀ ਸੂਰਤ ਹਾਲ ਹੈ, ਕੀ ਰੇਟ ਚੱਲਦਾ? ਗੰਦਮ 2500 ਰੁਪਏ, 2500 ਰੁਪਏ, 2500 ਤੱਕ। ਅੱਛਾ, ਤੇ ਕਪਾਹ ਦਾ ਕੀ ਰੇਟ? ਕਪਾਹ ਦਾ 9,000 ਦੀ ਕਰੋ। ਕਪਾਹ ਦਾ ਰੇਟ ਚੰਗਾ, ਮਾਸ਼ਾਅੱਲਾ ਕਪਾਹਾਂ ਖਤਮ ਹੋ ਗਈਆਂ, ਰੇਟ ਵੱਧ ਗਿਆ। ਪਿਛਾੜ ਕਪਾਹ ਦਾ ਰੇਟ 9,092 ਕੱਲ ਸੀ। ਸਹੀ ਹੋ ਗਿਆ। ਤੇ ਮੱਕੀ ਦਾ ਕੀ ਰੇਟ? ਮੱਕੀ ਦਾ 2600 ਰੁਪਏ, 2600। ਤੇ ਮੂੰਗੀ ਦਾ? ਮੂੰਗੀ ਦਾ ਅੱਛੀ ਕੁਆਲਿਟੀ ਜਿਹੜੀ 10,092। ਤੇ ਇਹ ਹੱਥ ਨਾਲ ਕੱਢੀ ਹੋਈ ਜੀ? ਹੱਥ ਨਾਲ ਹੋਵੇ ਚਾਹੇ ਥ੍ਰੈਸ਼ਰ ਦੇ ਹੋਵੇ, ਗ੍ਰੀਨ ਕਲਰ ਹੋਵੇ, ਗ੍ਰੀਨ ਕਲਰ, ਯੂਧ 9,500 ਰੁਪਏ। ਸਹੀ ਹੋ ਗਿਆ। ਤੇ ਜਿਹੜਾ ਵਾਧਾ ਅੱਜ ਨਵੀਂ ਆ ਰਹੀ ਪਿਆ ਜੀ, ਨਵਾਂ ਫੁੱਲਾਂ ਵਾਲਾ ਬੜਾ ਸਸਤਾ ਜੀ, 1500, 1700, ਬੜੀ ਮਿਹਰਬਾਨੀ।